ਅਸੀਂ ਵੈਸੇ ਵੀ ਖਬਰਾਂ ਸੁਣਦੇ ਆ ਵੀ ਮੁਲਾਜ਼ਮਾਂ ਨੂੰ ਗੱਫੇ, ਦੀਵਾਲੀ ਦੇ ਗੱਫੇ ਮੁਲਾਜ਼ਮਾਂ ਨੂੰ ਦੇ ਤੋਹਫੇ, ਇਹ ਸਾਰੀਆਂ ਅਫਵਾਹਾਂ ਨੇ। ਸਾਨੂੰ ਕੁਛ ਵੀ ਨਹੀਂ ਮਿਲਿਆਗਾ, ਅਸੀਂ ਮਤਲਬ ਦੀਵਾਲੀ ਵੀ ਐਮ ਮਤਲਬ ਦੀਵਾਲੀ ਵੀ ਐਮ ਮਨਾਈ ਹੈ ਜਿਵੇਂ ਇੱਕ ਕਾਲੇ ਦਿਨ ਵਾਂਗੂ। ਖੁਦ ਚਾਹੁੰਦੀ ਸੀ ਵੀ ਇੱਕ ਬਦਲਾਅ ਆਵੇ ਕਿਉਂਕਿ ਬਾਕੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਬੜੇ ਅੱਕੇ ਪਏ ਤੇ ਜਦੋਂ ਸੀਐਮ ਸਾਹਿਬ ਦੀਆਂ ਹੁਣ ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਇਹਨਾਂ ਦੀ ਵੀਡੀਓਜ਼ ਵਾਇਰਲ ਹੁੰਦੀਆਂ ਜਦੋਂ ਕਿ ਬੜੀਆਂ ਸੋਹਣੀਆਂ ਤੇ ਚੰਗੀਆਂ ਗੱਲਾਂ ਕਰਦੇ ਹੁੰਦੇ ਸੀ। ਕੈਪਟਨ ਨੇ ਆਹ ਕੀਤਾ, ਬਾਦਲ ਨੇ ਆਹ ਕੀਤਾ, ਇਹਨਾਂ ਨੇ ਕੁਛ ਨਹੀਂ ਕੀਤਾ, ਭੈਣਾਂ ਦੀਆਂ ਚੁੰਨੀਆਂ ਰੋਲੀਆਂ, ਭਾਈਆਂ ਦੀਆਂ ਪੱਗਾਂ ਰੋਲੀਆਂ, ਬਟ ਇਹ ਹੁਣ ਵੀ ਹੋ ਰਿਹਾ ਹੈਗਾ। ਆਪਣੀਆਂ ਮੰਗਾਂ ਨੂੰ ਲੈ ਕੇ ਅੱਜ PSMSU ਦੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਬਠਿੰਡਾ ਦੇ ਮਿੰਨੀ ਸੈਕਟਰੀਏਟ ਵਿਖੇ ਪ੍ਰਦਰਸ਼ਨ ਅਤੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ। ਇਸ ਮੌਕੇ ਬੁਲਾਰਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਨਿਭਾਏ ਗਏ ਅਤੇ ਇਹਨਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਅਤੇ DA ਦੀਆਂ ਕਿਸ਼ਤਾਂ ਨੂੰ ਲੈ ਕੇ ਇਹਨਾਂ ਵੱਲੋਂ ਲਗਾਤਾਰ ਇੱਥੇ ਕਲਮ ਛੋੜ ਹੜਤਾਲ ਕੀਤੀ ਹੋਈ ਹੈ ਅਤੇ ਹੁਣ ਇਹਨਾਂ ਵੱਲੋਂ ਇਹੀ ਕਲਮ ਛੋੜ ਹੜਤਾਲ 28 ਤਰੀਕ ਤੱਕ ਵਧਾ ਦਿੱਤੀ ਗਈ। ਇਹਨਾਂ ਦਾ ਕਹਿਣਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ 'ਤੇ ਫਿਰ ਵੀ ਗੌਰ ਨਾ ਕੀਤਾ ਤਾਂ ਸਾਡੇ ਵੱਲੋਂ ਇਹ ਕਲਮ ਛੋੜ ਹੜਤਾਲ ਹੋਰ ਵੀ ਅੱਗੇ ਵਧਾਈ ਜਾ ਸਕਦੀ ਹੈ। ਮੈਂ ਵਾਟਰ ਸਪਲਾਈ ਮਹਿਕਮੇ ਨਾਲ ਸੰਬੰਧ ਰੱਖਦੀ ਹਾਂ। ਜਿਹੜੀ ਸਾਡੀ ਸਟ੍ਰਾਈਕ ਚੱਲ ਰਹੀ ਹੈ ਮਿਨਿਸਟਰ ਸਟਾਫ ਦੀ, ਇਹ ਸਾਡੀਆਂ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਨੇ ਜਿਵੇਂ ਪੈਨਸ਼ਨ ਬਹਾਲੀ ਇੱਕ ਨੰਬਰ 'ਤੇ, ਬਾਕੀ ਡਿਵੈਲਪਮੈਂਟ ਟੈਕਸ ਆ ਜਾਂ ਪੇਂਡੂ ਭੱਤੇ ਆ ਜਾਂ ਬਾਕੀ ਹੋਰ ਵੀ ਕਾਫੀ ਸਾਰੀਆਂ ਮੰਗਾਂ ਨੇ DA ਦੀਆਂ ਜਦੋਂ ਵੀ ਹੈ, ਤਾਂ ਅਸੀਂ ਮਤਲਬ ਇਸੇ ਕਰਕੇ 8 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਸਟ੍ਰਾਈਕ 'ਤੇ ਬੈਠੇ ਹਾਂ। ਤਾਂ ਸਾਡੀ ਸਰਕਾਰ ਨੇ ਕੋਈ ਗੱਲਬਾਤ ਨਹੀਂ ਸੁਣੀ ਅਤੇ ਜੇ ਉਹ ਮੈਨੂੰ ਸਮਾਂ ਦਿੰਦੀ ਵੀ ਹੈ ਤਾਂ ਉਹ ਅੱਗੇ ਵਧਾ ਦਿੱਤਾ ਜਾਂਦਾ ਆ। ਤਾਂ ਸਾਡੀ ਸਰਕਾਰ ਨੂੰ ਇਹ ਇੱਕ ਮੈਸੇਜ ਹੈ ਵੀ ਜੋ ਸਾਡੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ, ਕਿਉਂਕਿ ਪੈਨਸ਼ਨ ਸਾਡਾ ਹੱਕ ਹੈ ਅਤੇ ਜੇ ਕੋਈ ਵੀ ਕਰਮਚਾਰੀ ਆਪਦੀ 58 ਸਾਲਾਂ ਦੀ ਜਾਂ 60 ਸਾਲਾਂ ਦੀ ਜਿਹੜੀ ਨੌਕਰੀ ਕਰਨ ਤੋਂ ਬਾਅਦ ਉਹ ਆਪਣੇ ਘਰ ਰਿਟਾਇਰ ਹੋ ਕੇ ਜਾਂਦਾ, ਤਾਂ ਇਹ ਉਹਦਾ ਹੱਕ ਹੈ ਵੀ ਉਹਨੂੰ ਬਣਦਾ ਹੱਕ ਜਿਹੜਾ ਦਿੱਤਾ ਜਾਵੇ। ਜਿਵੇਂ ਅਸੀਂ ਵੈਸੇ ਵੀ ਖਬਰਾਂ ਸੁਣਦੇ ਹਾਂ ਵੀ ਮੁਲਾਜ਼ਮਾਂ ਨੂੰ ਗੱਫੇ, ਦੀਵਾਲੀ ਦੇ ਗੱਫੇ ਮੁਲਾਜ਼ਮਾਂ ਨੂੰ ਦੇ ਤੋਹਫੇ, ਇਹ ਸਾਰੀਆਂ ਅਫਵਾਹਾਂ ਨੇ। ਸਾਨੂੰ ਕੁਛ ਵੀ ਨਹੀਂ ਮਿਲਿਆਗਾ, ਅਸੀਂ ਮਤਲਬ ਦੀਵਾਲੀ ਵੀ ਐਂ ਮਨਾਈ ਹੈ ਜਿਵੇਂ ਇੱਕ ਕਾਲੇ ਦਿਨ ਵਾਂਗੂ। ਤਾਂ ਸਾਡੀ ਉਹ ਵੀ ਸਰਕਾਰ ਨੇ ਮਤਲਬ ਕੋਈ ਮੰਗ ਨਹੀਂ ਸੁਣੀ ਵੀ ਜਿਹੜੇ ਮੁਲਾਜ਼ਮ ਹੈ, ਇਹ ਸਰਕਾਰ ਆ ਜਿਹੜੀ ਮੁਲਾਜ਼ਮਾਂ ਕਰਕੇ ਚੱਲਦੀ ਹੈ, ਜੋ ਵੀ ਜਿਹੜੇ ਰੈਵਨਿਊ ਵਗੈਰਾ ਇਕੱਠੇ ਹੋ ਕੇ ਜਾਂਦੇ ਉਹ ਸਰਕਾਰੀ ਖਿਆਨੇ 'ਚ ਇੱਕ ਮੁਲਾਜ਼ਮ ਹੀ ਭੇਜਦਾ ਗਾ। ਤਾਂ ਇਸ ਕਰਕੇ ਜਿਹੜੀ ਸਰਕਾਰ ਆ ਉਹਨੂੰ ਕੁਛ ਨਾ ਕੁਛ ਸਾਡੇ ਬਾਰੇ ਸੋਚਣਾ ਚਾਹੀਦਾ ਗਾ ਅਤੇ ਸਾਡੇ ਨਾਲ ਉਹਨੂੰ ਮੀਟਿੰਗ ਰੱਖਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋ ਸਕਣ। ਅਸੀਂ 8 ਤਰੀਕ ਤੋਂ ਬੈਠੇ ਹਾਂ ਜੀ, ਉਸ ਤੋਂ ਬਾਅਦ ਅਸੀਂ ਕੱਲ੍ਹ ਸਾਡੀ ਲਾਸਟ ਸੀ ਬਟ ਸਾਡੀ ਕੋਈ ਸੁਣਵਾਈ ਨਹੀਂ ਹੋਈ, ਤਾਂ ਹੁਣ ਅਸੀਂ 28 ਤਰੀਕ ਤੱਕ ਇਹਨੂੰ ਜਿਹੜਾ ਹੋਰ ਅੱਗੇ ਕੀਤਾ ਹੋਇਆ ਅਤੇ ਇਸ ਤੋਂ ਬਾਅਦ ਵੀ ਜੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਸਰਕਾਰ ਸਾਨੂੰ ਕੋਈ ਨਹੀਂ ਮੀਟਿੰਗ ਦਿੰਦੀ, ਸਾਡੇ ਨਾਲ ਕੋਈ ਨੁਮਾਇੰਦਾ ਬੈਠ ਕੇ ਗੱਲਬਾਤ ਨਹੀਂ ਕਰਦਾ, ਤਾਂ ਜਿਹੜੀ ਸਟ੍ਰਾਈਕ ਹੈ ਇਸ ਨੂੰ ਅਸੀਂ ਪੰਜਾਬ ਪੱਧਰ 'ਤੇ ਜਿਹੜੀ ਸਾਡੀ ਯੂਨੀਅਨ ਹੈ ਸੂਬਾ ਲੀਡਰਸ਼ਿਪ ਉਹਨਾਂ ਦੇ ਸੱਦੇ 'ਤੇ ਅਸੀਂ ਇਸ ਨੂੰ ਹੋਰ ਵੀ ਅੱਗੇ ਵਧਾ ਸਕਦੇ ਹਾਂ। ਬਠਿੰਡੇ ਦੇ ਮੁਲਾਜ਼ਮਾਂ ਨੇ ਜਦੋਂ ਸਰਕਾਰ ਆਈ ਸੀ ਤੇ ਲੱਡੂ ਵੰਡੇ ਸੀ, ਬਹੁਤ ਹੀ ਖੁਸ਼ੀ ਜਤਾਈ ਸੀ, ਲੱਗਦਾ ਵੀ ਜਲਦਬਾਜ਼ੀ ਕੀਤੀ ਮੁਲਾਜ਼ਮਾਂ ਨੇ। ਨਹੀਂ ਜਲਦਬਾਜ਼ੀ ਨਹੀਂ ਜੀ, ਹਰ ਇੱਕ ਇਨਸਾਨ ਨੂੰ ਇੱਕ ਆਸ ਹੁੰਦੀ ਹੈ, ਮੈਂ ਖੁਦ ਚਾਹੁੰਦੀ ਸੀ ਵੀ ਇੱਕ ਬਦਲਾਅ ਆਵੇ ਕਿਉਂਕਿ ਬਾਕੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਬੜੇ ਅੱਕੇ ਪਏ ਸੀ। ਮੈਂ ਵੀ ਬੜਾ ਸਾਥ ਦਿੱਤਾ, ਮੈਨੂੰ ਵੀ ਲੱਗਦਾ ਸੀ ਵੀ ਸਾਡੇ CM ਸਾਹਿਬ ਸਰਦਾਰ ਮਾਨ ਸਿੰਘ ਜੀ ਵੀ ਬਹੁਤ ਅੱਛੇ ਇਨਸਾਨ ਨੇ, ਕਿਉਂਕਿ ਮੇਰਾ ਉਹਨਾਂ ਨਾਲ ਵੈਸੇ ਵੀ ਪਰਸਨਲੀ ਵੀ ਥੋੜ੍ਹਾ ਟਾਈਮ ਬਾਹਰ ਰਿਹਾਗਾ, ਜਦੋਂ ਉਹ ਐਜ਼ ਏ ਆਰਟਿਸਟ ਹੁੰਦੇ ਸੀ ਤਾਂ ਮੈਂ ਉਹਨਾਂ ਨਾਲ ਕੰਮ ਕੀਤਾ। ਤਾਂ ਇਸ ਖੁਸ਼ੀ ਦੇ ਵਿੱਚ ਮੈਨੂੰ ਵੀ ਬੜਾ ਚਾਅ ਸੀਗਾ ਵੀ ਹਾਂ ਵੀ ਠੀਕ ਹੈ, ਆਪਣੀ ਸਰਕਾਰ ਆਊਗੀ ਤਾਂ ਸਾਡੇ ਲਈ ਕੁਛ ਨਾ ਕੁਛ ਕਰੂਗੀ, ਸਾਨੂੰ ਲੱਗਦਾ ਸੀ ਕਿ ਉਹ ਆਪਦੇ ਆਪਣੇ ਨੇ। ਪਰ ਬੜੇ ਅਫਸੋਸ ਦੀ ਗੱਲ ਆ ਵੀ ਅੱਜ ਤੱਕ ਜਦੋਂ ਦੇ CM ਸਾਹਿਬ ਬਣੇ ਨੇ ਸਾਨੂੰ ਉਹਨਾਂ ਨੇ ਕੋਈ ਮੀਟਿੰਗ ਨਹੀਂ ਦਿੱਤੀ, ਈਵਨ ਸਾਨੂੰ ਇੱਕ ਉਹਨਾਂ ਨੇ ਮਤਲਬ ਮਿਲੇ ਵੀ ਨਹੀਂ ਸਾਨੂੰ, ਵੀ ਸਾਨੂੰ ਜਿਹੜੀ ਖੁਸ਼ੀ ਸੀ ਨਾ ਵੀ ਸਾਡੇ ਇੱਕ CM ਸਾਹਿਬ ਸਾਡੇ ਚੁਣੇ ਹੋਏ ਨੇ ਅੱਗੇ ਆ ਰਹੇ ਨੇ, ਤਾਂ ਉਹਨਾਂ ਨੇ ਸਾਨੂੰ ਇੱਕ ਕਦੇ 5 ਮਿੰਟ ਦੀ ਮੀਟਿੰਗ ਵੀ ਨਹੀਂ ਦਿੱਤੀ। ਇੱਥੇ ਇੱਕ ਵਾਰੀ ਬਠਿੰਡੇ ਆਏ ਸੀ ਜਦੋਂ ਆਪਣਾ ਖੇਡਾਂ ਦਾ ਉਹਨਾਂ ਨੇ ਉਦਘਾਟਨ ਕਰਨਾ ਸੀਗਾ, ਤਾਂ ਇੱਕ ਹਾਸੋਹੀਣੀ ਜੀ ਜਿਹੜੀ ਗੱਲ ਇੱਥੇ ਮਤਲਬ ਮਾਹੌਲ ਕ੍ਰੀਏਟ ਕੀਤਾ ਗਿਆ ਵੀ CM ਸਾਹਿਬ ਨੂੰ ਤੁਹਾਨੂੰ ਅਸੀਂ ਮਿਲਾਵਾਂਗੇ, ਸਾਨੂੰ ਘੰਟਾ ਇੱਥੇ SSP ਦਫ਼ਤਰ 'ਚ ਬਿਠਾਈ ਬੈਠੇ ਰਹੇ। ਮੇਰੇ ਨਾਲ 2 ਮੁਲਾਜ਼ਮ ਹੋਰ ਸੀ ਜਿਹੜੇ ਮੇਨ ਮੇਨ ਗਏ ਸੀ, ਜਿਵੇਂ ਲੇਡੀਜ਼ ਦੇ ਵਿੱਚੋਂ ਮੈਂ ਗਈ ਸੀ, ਤਾਂ ਸਾਡੇ ਤੋਂ ਉੱਥੋਂ ਪਰਸ, ਪੈਨ, ਨਿੱਕੀਆਂ ਨਿੱਕੀਆਂ ਚੀਜ਼ਾਂ ਮਤਲਬ ਬਾਹਰ ਕਰਵਾ ਲਈਆਂ ਗਈਆਂ, ਵੀ ਸਾਨੂੰ ਵੀ ਬੜਾ ਸੀ ਵੀ ਹਾਂਜੀ ਸਾਨੂੰ CM ਸਾਹਿਬ ਅੱਜ ਮਿਲਣਗੇ। ਪਰ ਸਾਨੂੰ ਬੜਾ ਮਤਲਬ ਉੱਥੇ ਜਾ ਕੇ ਇੱਕ ਹਾਸੋਹੀਣਾ ਮਾਹੌਲ ਕ੍ਰੀਏਟ ਹੋਇਆ, ਜਦੋਂ ਉੱਥੇ ਸਿਰਫ ਸਾਨੂੰ DC ਸਾਹਿਬ ਨਾਲ ਇੱਕ CM ਹਾਊਸ 'ਚ ਇੱਕ ਉਹਨਾਂ ਦਾ ਨੁਮਾਇੰਦਾ ਸੀ ਜਿਹੜੇ ਬੈਠੇ ਹੋਏ ਸਾਡੇ ਨਾਲ ਗੱਲਬਾਤ ਕਰਨ ਨੂੰ,
ਮੈਨੂੰ ਲੱਗਦਾ ਕਿ ਉਹ ਜਿਹੜਾ ਨੁਮਾਇੰਦਾ ਬੈਠਾ ਸੀ ਉਹਨੂੰ ਵੀ ਪੈਨਸ਼ਨ ਨਹੀਂ ਸੀ, ਉਹ ਵੀ ਇੱਕ ਨਵਾਂ ਮੁਲਾਜ਼ਮ ਸੀ, ਤਾਂ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਸਰ ਤੁਹਾਨੂੰ ਤਾਂ ਵੱਧ ਤੋਂ ਵੱਧ ਸਾਡਾ ਸਮਰਥਨ ਕਰਨਾ ਚਾਹੀਦਾ, ਜੇ ਤੁਸੀਂ ਸੀਐਮ ਆਫਿਸ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਵੀ ਪੈਨਸ਼ਨ ਹੈ ਨਹੀਂ ਗੀ, ਤਾਂ ਤੁਸੀਂ ਤਾਂ ਵੱਧ ਐਫਰਟਸ ਕਰੋ ਵੀ ਸੀਐਮ ਸਾਹਿਬ ਨਾਲ ਬੈਠ ਕੇ ਗੱਲ ਕਰੋ। ਉੱਥੇ ਵੀ ਸਾਨੂੰ ਉਹਨਾਂ ਨੇ ਇਹੀ ਗੱਲ ਕਹੀ ਹੋਈ ਹੈ ਕਿ ਜਿਹੜਾ ਸੈਂਟਰ ਦਾ ਪੈਸਾ ਗਾ ਵੀ ਉਹ ਤੁਹਾਨੂੰ ਹਲੇ ਵਾਪਸ ਨਹੀਂ ਮਿਲ ਰਿਹਾ, ਕਿ ਜਿੰਨਾ ਚਿਰ ਉਹਦਾ ਕੋਈ ਫੈਸਲਾ ਨਹੀਂ ਹੋ ਜਾਂਦਾ ਵੀ ਸਾਨੂੰ ਉਧਰੋਂ ਪੈਸਾ ਮਿਲੂਗਾ ਕਿ ਨਹੀਂ, ਉਹਨਾਂ ਟਾਈਮ ਅਸੀਂ ਪੈਨਸ਼ਨ ਦਾ ਜਿਹੜਾ ਹੈਗਾ ਵੀ ਕੋਈ ਉਹ ਦੇ ਨਹੀਂ ਸਕਦੇ ਤੁਹਾਨੂੰ ਪੈਸਾ। ਬਦਲਾਅ ਤਾਂ ਸਰ ਤੁਸੀਂ ਦੇਖ ਹੀ ਰਹੇ ਹੋਗੇ ਜੋ ਵੀ ਹੋ ਰਿਹਾ, ਮਤਲਬ ਕੋਈ ਯੂਨੀਅਨ ਇਹੋ ਜਿਹੀ ਨਹੀਂ, ਕੋਈ ਆਪਣੇ ਵਰਗ ਕੋਈ ਇਹੋ ਜਿਹਾ ਨਹੀਂ, ਚਾਹੇ ਉਹ ਵਪਾਰੀ ਵਰਗ ਕਹਿ ਲਓ, ਮਜ਼ਦੂਰ ਵਰਗ ਕਹਿ ਲਓ, ਮੁਲਾਜ਼ਮ ਵਰਗ, ਕੋਈ ਵੀ ਇਹੋ ਜਿਹਾ ਵਰਗ ਨਹੀਂ ਜਿਹੜਾ ਅੱਜ ਧਰਨੇ ਤੇ ਨਹੀਂ ਬੈਠਾ। ਤੇ ਜਦੋਂ ਸੀਐਮ ਸਾਹਿਬ ਦੀ ਹੁਣ ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਇਹਨਾਂ ਦੀ ਵੀਡੀਓਜ਼ ਵਾਇਰਲ ਹੁੰਦੀਆਂ, ਜਦੋਂ ਕਿ ਬੜੀਆਂ ਸੋਹਣੀਆਂ ਤੇ ਚੰਗੀਆਂ ਗੱਲਾਂ ਕਰਦੇ ਹੁੰਦੇ ਸੀ, ਕੈਪਟਨ ਨੇ ਆਹ ਕੀਤਾ, ਬਾਦਲ ਨੇ ਆਹ ਕੀਤਾ, ਇਹਨਾਂ ਨੇ ਕੁਛ ਨਹੀਂ ਕੀਤਾ, ਭੈਣਾਂ ਦੀਆਂ ਚੁੰਨੀਆਂ ਰੋਲੀਆਂ, ਭਾਈਆਂ ਦੀਆਂ ਪੱਗਾਂ ਰੋਲੀਆਂ, ਬਟ ਇਹ ਹੁਣ ਵੀ ਹੋ ਰਿਹਾ ਹੈਗਾ। ਅਸੀਂ ਪਿੱਛੇ ਸਾਡਾ ਧਰਨਾ ਸੀ ਸੀਪੀਐਫ ਯੂਨੀਅਨ ਦਾ, ਸਾਂਝੇ ਫਰੰਟ ਦਾ, ਜਿਹਦੇ ਚ ਅਸੀਂ ਸੰਗਰੂਰ ਤੋਂ ਲੈ ਕੇ ਧੂਰੀ ਤੱਕ ਇੱਕ ਰੋਸ ਮੁਜ਼ਾਹਰਾ ਕੀਤਾ ਸੀਗਾ। ਉਹਦੇ ਵਿੱਚ ਅਸੀਂ ਸੰਗਰੂਰ ਵਾਲਿਆਂ ਨੂੰ ਵੀ ਪੁੱਛਿਆ ਵੀ ਤੁਸੀਂ ਖੁਸ਼ ਹੋ ਸੀਐਮ ਸਾਹਿਬ ਸੁਣ ਚੁਣ ਕੇ ਕੀ ਤੁਹਾਡੀਆਂ ਮੰਗਾਂ ਪੂਰੀਆਂ ਹੋਈਆਂ, ਤਾਂ ਉਹਨਾਂ ਨੇ ਵੀ ਹੱਸ ਕੇ ਜਵਾਬ ਦਿੱਤਾ ਵੀ ਨਹੀਂ ਜੀ ਅਸੀਂ ਖੁਸ਼ ਨਹੀਂ ਹੈਗੇ। ਮਤਲਬ ਕਿ ਇੱਥੇ ਹੀ ਪਤਾ ਲੱਗਦਾ ਗਾ ਕਿ ਵੀ ਬਦਲਾਅ ਕੀ ਹੋਇਆ, ਕਿੰਨਾ ਕੁ ਹੋਇਆ। ਤਾਂ ਸਾਡੀ ਸਰਕਾਰ ਨੂੰ ਇੱਥੇ ਇੱਕ ਮੰਗ ਹੈ ਵੀ ਸਾਡੀ ਜਿਹੜੀ ਸੀਪੀਐਫ ਯੂਨੀਅਨ ਵੱਲੋਂ ਇਹ ਮੰਗ ਹੈ ਕਿ ਸਾਡੀ ਪੈਨਸ਼ਨ ਬਹਾਲ ਕੀਤੀ ਜਾਵੇ, ਤੇ ਜਿਹੜਾ ਸਾਡਾ ਜੋ ਮਿਨਿਸਟਰ ਸਟਾਫ ਹੈ ਜਿਹੜਾ ਹੜਤਾਲ ਤੇ ਬੈਠਾ 28 ਤਰੀਕ ਤੱਕ ਸਾਨੂੰ ਮਤਲਬ ਮੀਟਿੰਗ ਦਿੱਤੀ ਜਾਵੇ, ਸਾਨੂੰ ਟਾਈਮ ਦਿੱਤਾ ਜਾਵੇ। ਅੱਛਾ ਵੀਰ ਜੀ, ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜੀ? ਮੇਰਾ ਨਾਮ ਸਰਜੀਤ ਸਿੰਘ ਹੈ ਜੀ, ਥਿੱਪਲ ਪੀਐਸਐਮ ਜੀ, ਜ਼ਿਲ੍ਹਾ ਜਨਰਲ ਸਕੱਤਰ ਬਠਿੰਡਾ। ਸਾਡਾ ਅੱਜ 15ਵੇਂ ਦਿਨ ਹੜਤਾਲ ਸ਼ਾਮਲ ਹੋ ਗਈ ਹੈ। ਸਰਕਾਰ ਨੂੰ ਅਸੀਂ ਪੁਰਾਣੀ ਪੈਨਸ਼ਨ ਬਹਾਲ ਕੀਤੇ ਦਾ ਨੋਟੀਫਿਕੇਸ਼ਨ ਕਹਿੰਦਿਆਂ ਨੂੰ ਇੱਕ ਸਾਲ ਹੋ ਗਿਆ, ਪਰ ਅਜੇ ਤੱਕ ਉਹਦੀ ਕੋਈ ਵਾਈ ਤਾਂ ਹੈ ਨਹੀਂ। ਸਾਡੀਆਂ 12% DA ਦੇ ਕਿਸ਼ਤਾਂ ਬਕਾਇਆ ਹੋ ਗਈਆਂ, ਉਹਦੇ ਵਿੱਚ ਸਾਡਾ ਕੋਈ ਉਹ ਨਹੀਂ, ਅਜੇ ਤੱਕ ਨਹੀਂ ਦੇ ਰੋ ਵਿੱਚ ਆਈ। ਕੱਲ੍ਹ ਸਾਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਥੋੜ੍ਹਾ ਜਿਹਾ ਉਹ ਸੀਗਾ ਵੀ ਸਾਡੇ ਮੁਲਾਜ਼ਮਾਂ ਦੇ ਪੱਖੀ ਕੋਈ ਸਰਕਾਰ ਫੈਸਲਾ ਲਊਗੀ, ਪਰ ਉਹਦੇ ਵਿੱਚ ਵੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ, ਇਸ ਲਈ ਇਹ ਸੰਘਰਸ਼ ਅਸੀਂ ਕਰਨ ਤੇ ਮਜਬੂਰ ਹੋਏ ਬੈਠੇ ਹਾਂ। ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਵੀ ਕਿਸੇ ਨੂੰ ਧਰਨਾ ਨਹੀਂ ਲਾਉਣ ਦਿੱਤਾ ਜਾਊਗਾ, ਨਾ ਕੋਈ ਟੈਂਕੀਆਂ ਚੜੇਗਾ ਕਿਉਂਕਿ ਵਾਅਦੇ ਪੂਰੇ ਕਰ ਦੇਣਗੇ। ਇਹ ਦੇਖੋ ਜੀ, ਸਰਕਾਰ ਕਹਿਣ ਦੀਆਂ ਗੱਲਾਂ ਹੋ ਰਹੀ, ਕਰਨ ਦੀਆਂ ਹੋ ਰਹੀ, ਇਹ ਤਾਂ ਉਹ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਗਏ ਗੁਜਰੇ ਹੋ ਗਏ, ਉਹ ਘੱਟੋ ਘੱਟ ਸਾਨੂੰ ਰੋਇਆ ਪਿੱਟਿਆਂ ਤੋਂ ਕੁਛ ਨਾ ਕੁਛ ਦੇ ਤਾਂ ਦਿੰਦੇ ਸੀ, ਇਹ ਸਾਨੂੰ ਰੋਏ ਪਿੱਟੇ ਤੋਂ ਵੀ ਨਹੀਂ ਕੁਛ ਦੇ ਰਿਹਾ। ਕਿੰਨਾ ਚਿਰ ਇਹ ਸੰਘਰਸ਼ ਜੀ ਆਪਣੇ? ਇਹ ਸੰਘਰਸ਼ ਕੱਲ੍ਹ ਸੂਬਾ ਬਾਡੀ ਦੀ ਕਮੇਟੀ ਦੀ ਮੀਟਿੰਗ ਹੋਈ ਹੈ, 28 ਤਰੀਕ ਤੱਕ ਸਾਡਾ ਕਲਮ ਛੋੜ ਹੜਤਾਲ ਇੱਦਾਂ ਹੀ ਚੱਲੂਗਾ। ਵੈਸੇ ਵੀ ਪਹਿਲਾਂ ਵੀ ਅਸੀਂ ਬੇਨਤੀ ਕਰ ਚੁੱਕੇ ਹੁੰਦੇ ਹਾਂ ਵੀ ਅਸੀਂ ਸਟ੍ਰਾਈਕ ਤੇ ਜਾਵਾਂਗੇ, ਸਾਡੀਆਂ ਸਰਕਾਰ ਨੇ ਮੰਗਾਂ ਨਾ ਮੰਨੀਆਂ, ਅਸੀਂ ਫੇਰ ਉਹਨਾਂ ਤੋਂ ਮਾਫੀ ਮੰਗ ਚਾਹੁੰਦੇ ਹਾਂ। ਉਹ ਵੀ ਸਾਡੇ ਭੈਣ ਭਰਾ ਹੀ ਹੈ, ਸਾਡੇ ਜਿਹੜੇ ਸਾਥੀ ਇੱਥੇ ਮੁਲਾਜ਼ਮ ਲੱਗੇ ਆ ਉਹਨਾਂ ਦੇ ਕਿਸੇ ਰਿਸ਼ਤੇਦਾਰ ਆ, ਕੋਈ ਭੈਣ ਭਰਾ ਹੈ, ਮਾਂ ਪਿਓ ਹੈ, ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ। ਇਹ ਕੰਮ ਸਾਨੂੰ ਮਜਬੂਰ ਹੋ ਕੇ ਹੜਤਾਲ ਕਰਨੀ ਪਈ ਹੈ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ਼।